ਆਪਣੇ ਆਪ 'ਚ ਆਉਂਦਾ, ਫਿਰ ਇਹਨੂੰ ਲੱਗਦਾ ਕਿ ਮੇਰੇ ਕੋਲ ਕੁਛ ਸ਼ਕਤੀ ਹੈ, ਫਿਰ ਘਰ ਵਹਿੰਦਾ, ਫਿਰ ਉਹਦੇ ਹੁਕਮ ਨੂੰ ਬਾਹਰ ਜਾ ਕੇ ਵੀ ਦੇਖਦਾ ਵੀ ਜੇ ਉਹਨੇ ਦੁੱਖ ਦਿੱਤਾ ਹੈ ਤਾਂ ਕੋਈ ਨਹੀਂ, ਮੈਂ 7 ਮਹੀਨੇ ਜਾਪ ਕਰਾਂਗਾ, ਦੁੱਖ ਖਤਮ ਕਰ ਲਾਂਗਾ। ਮੈਂ ਉਹ ਇਹ ਨਹੀਂ ਕਹਿੰਦਾ ਕਿ ਸਤਿਗੁਰ ਤੇਰਾ ਧੰਨਵਾਦ, ਕਿਉਂਕਿ ਦੁੱਖ ਦਾਰੂ ਹੈ। ਇਹ ਨਹੀਂ ਕਿ ਸੱਟ ਲੱਗ ਗਈ ਤਾਂ ਇਹ ਦੁੱਖ ਹੈ, ਜਾਂ ਲੱਤ ਟੁੱਟ ਗਈ ਤਾਂ ਇਹ ਦੁੱਖ ਹੈ, ਇਹ ਪੀੜਾ ਹੈ। ਇਹ ਵੀ ਸਮਝਣ ਦਾ ਯਤਨ ਕਰਨਾ, ਦਰਦ ਔਰ ਪੀੜ ਦੋ ਅਲੱਗ ਚੀਜ਼ਾਂ ਨੇ, ਦੁੱਖ ਹੋਰ ਚੀਜ਼ ਹੈ। ਦੁੱਖ ਆਤਮਿਕ ਹੁੰਦਾ, ਕੋਈ ਮਰ ਗਿਆ ਮੈਨੂੰ ਬੜਾ ਦੁੱਖ ਹੋਇਆ, ਦਰਦ ਨਹੀਂ ਹੋਇਆ, ਪੀੜ ਨਹੀਂ ਹੋਈ, ਦੁੱਖ ਹੋਇਆ, ਦੁੱਖ ਆਤਮਾ ਕਰਕੇ। ਜਦ ਦੁੱਖ ਲੱਗਦਾ, ਜਦ ਚੋਟ ਵੱਜਦੀ ਹੈ ਤਾਂ ਫਿਰ ਮਨ ਉਚਾੜ ਹੋ ਜਾਂਦਾ ਸੰਸਾਰ ਤੋਂ, ਫਿਰ ਕਹਿੰਦਾ ਛੱਡ ਯਾਰ, ਮੈਂ ਕੀ ਲੈਣਾ ਤਾਂ ਸੰਸਾਰ ਤੋਂ, ਫਿਰ ਕਹਿੰਦਾ ਵੀ ਚੱਲ ਸਿਮਰਨ ਕਰੀਏ, ਛੱਡ ਦੁਨੀਆਂ ਦੇ ਧੰਦੇ ਤੇਰੇ। ਤਾਂ ਚੇਤਾ ਆਉਂਦਾ ਕਿ ਯਾਰ ਮੈਂ ਉਹ ਕੰਮ ਕਰਨਾ ਸੀ, ਨਹੀਂ ਤਾਂ ਨਹੀਂ ਚੇਤਾ ਆਉਂਦਾ, ਬੱਚਿਆਂ 'ਚ ਰਹਿੰਦਾ। ਇੱਕ ਸੱਜਣ ਨੇ ਸਾਡੇ ਅੰਕਲ ਲੱਗਦੇ ਨੇ, ਉਹ ਕਹਿੰਦੇ ਯਾਰ ਤੂੰ ਤਾਂ ਵੇਖਿਆ ਹੀ ਹੈ, ਮੈਂ ਸ਼ੁਰੂ ਤੋਂ ਸੇਵਾ ਵੀ ਕਿੰਨੀ ਕੀਤੀ, ਨਿਤਨੇਮ ਕਿੰਨਾ ਕੀਤਾ, ਬੱਚੇ ਨਹੀਂ ਆਖੇ ਲੱਗਦੇ। ਮੈਂ ਕਿਹਾ ਤਾਂ ਹੀ ਤਾਂ ਨਹੀਂ ਲੱਗਦੇ ਨਾ ਆਖੇ, ਵੀ ਬੰਦਗੀ ਬੜੀ ਕਰ ਚੁੱਕੇ, ਹੁਣ ਸਤਿਗੁਰੂ ਨਹੀਂ ਚਾਹੁੰਦਾ ਕਿ ਤੁਸੀਂ ਇੱਥੇ ਫਸੇ ਰਹੋ। ਜੇ ਬੱਚੇ ਤੁਹਾਡੇ ਆਖੇ ਲੱਗਦੇ ਰਹਿਣ ਤਾਂ ਤੁਸੀਂ ਤਾਂ ਬੱਚਿਆਂ 'ਚ ਫਸੇ ਰਹੋਗੇ, ਮੇਰਾ ਪੁੱਤ ਬੜਾ ਸਿਆਣਾ, ਮੇਰੇ ਵਾਸਤੇ ਹੋਰ ਕਰਕੇ ਜਾਵਾਂ। ਜਦ ਲੱਤ ਮਾਰਦਾ ਫਿਰ ਚੇਤਾ ਆਉਂਦਾ ਕਿ ਨਹੀਂ ਇਹ ਤਾਂ ਸਾਰਾ ਛੱਡਣਾ, ਤਾਂ ਮੇਰੇ ਆਖੇ ਲੱਗਦੇ, ਜੇ ਹੁਣ ਨਹੀਂ ਮੇਰੇ ਗਾਂਹ ਮੇਰੇ ਕੀ ਬਣਨਗੇ, ਤਾਂ ਤੁਹਾਡਾ ਧਿਆਨ ਬਾਣੀ 'ਚ ਹੋਰ ਜਾਂਦਾ। ਇਹਨੂੰ ਕਹਿੰਦੇ ਨੇ ਦੁੱਖ। ਇਹ ਨਹੀਂ ਵੀ ਬੁਖਾਰ ਚੜ੍ਹ ਗਿਆ ਤੈਨੂੰ ਸਿਮਰਨ ਰੱਬ ਚੇਤੇ ਆ ਜਾਂਦਾ, ਨਹੀਂ। ਜਦ ਕੋਈ ਭਾਰੀ ਮਨ ਨੂੰ ਚੋਟ ਪਹੁੰਚਦੀ ਹੈ, ਜਿਵੇਂ ਭਰਾ ਕੋਈ ਚੋਟ ਕਰਦੇ ਭਰਾ ਤੋਂ ਮਨ ਖੱਟਾ ਹੋ ਜਾਂਦਾ, ਪਤਨੀ ਕੋਈ ਚੋਟ ਕਰਦੇ ਪਤਨੀ ਤੋਂ ਮਨ ਖੱਟਾ ਹੋ ਜਾਂਦਾ, ਪਿਤਾ ਤੱਕ ਤੋਂ ਮਾਂ ਤੋਂ ਵੀ ਮਨ ਖੱਟਾ ਹੋ ਜਾਂਦਾ, ਇਸੇ ਤਰ੍ਹਾਂ ਜਦ ਸੰਸਾਰ ਦੀ ਚੋਟ ਵੱਜਦੀ ਸੰਸਾਰ ਤੋਂ ਤਾਂ ਮਨ ਖੱਟਾ ਹੁੰਦਾ, ਨਹੀਂ ਤਾਂ ਇੱਥੇ ਬੰਦਾ ਟਿਕ ਰਿਹਾ ਰਹਿੰਦਾ, ਜਾਣ ਨੂੰ ਦਿਲ ਹੀ ਨਹੀਂ।